ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰੂ ਦੀ ਪਿਆਰੀ ਸੰਗਤ ਜੀ, ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਬਾਬਾ ਅਟਲ ਸਾਹਿਬ ਜੀ। ਇਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੋਲਡਨ ਟੈਂਪਲ ਦੇ ਬਿਲਕੁਲ ਸੱਜੇ ਪਾਸੇ ਸਥਿਤ ਹੈ, ਜੋ ਕਿ ਅੰਮ੍ਰਿਤਸਰ ਵਿੱਚ ਸਭ ਤੋਂ ਉੱਚੀ ਇਮਾਰਤ ਦੇ ਵਿੱਚ ਬਣਿਆ ਹੋਇਆ ਹੈ। ਬਾਬਾ ਅਟਲ ਰਾਏ ਸਾਹਿਬ ਜਿਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ, ਇਹਨਾਂ ਦਾ ਜਨਮ 1619 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਹੋਇਆ ਸੀ। ਅਤੇ ਬਾਬਾ ਅਟਲ ਸਾਹਿਬ ਜੀ ਬਚਪਨ ਵਿੱਚ ਹੀ ਧਾਰਮਿਕ ਸੁਭਾਅ ਦੇ ਬੱਚੇ ਸੀ, ਇਸ ਕਰਕੇ ਗੁਰੂ ਹਰਗੋਬਿੰਦ ਸਿੰਘ ਜੀ ਬਹੁਤ ਲਾਡਾਂ ਪਿਆਰ ਕਰਦੇ ਹੁੰਦੇ ਸੀਗੇ। ਅਤੇ ਬਚਪਨ 'ਚ ਹੀ ਉਹਨਾਂ ਨੂੰ ਬਾਬਾ ਜੀ ਨੂੰ ਦੱਸਦੇ ਹੁੰਦੇ ਸੀ ਕਿ ਵੀ ਤੁਸੀਂ ਆਪਣੀ ਸ਼ਕਤੀ ਦਾ ਦੁਰਉਪਯੋਗ ਨਹੀਂ ਕਰਨਾ, ਤੁਹਾਡੇ ਕੋਲ ਬਹੁਤ ਸ਼ਕਤੀਸ਼ਾਲੀ ਹੋ ਤੁਸੀਂ। ਤਾਂ ਬਾਬਾ ਜੀ ਬਚਪਨ ਵਿੱਚ ਖੱਦੋ ਕੁੰਡੀ ਦੀ ਖੇਡ ਖੇਡਿਆ ਕਰਦੇ ਸੀ। ਅਤੇ ਇੱਕ ਵਾਰ ਇੱਕ ਦਿਨ ਦੇਰ ਤੱਕ ਉਹ ਖੇਡਦੇ ਰਹੇ ਬਾਬਾ ਜੀ ਆਪਣੇ ਦੋਸਤ ਮੋਹਨ ਸਿੰਘ ਜੀ ਨਾਲ, ਇਸ ਲਈ ਉਹਨਾਂ ਨੂੰ ਅੰਧੇਰਾ ਹੋ ਗਿਆ ਅਤੇ ਉਹ ਆਪਣੀ ਖੇਡ ਨਹੀਂ ਖੇਡ ਸਕੇ। ਅਤੇ ਉਹਨਾਂ ਨੇ ਮੋਹਨ ਸਿੰਘ ਜੀ ਨੂੰ ਦੱਸਿਆ ਕਿ ਮੈਂ ਆਪਣੀ ਖੇਡ ਕੱਲ੍ਹ ਖੇਡਾਂਗਾ, ਅਤੇ ਚਲੇ ਗਏ। ਦੂਸਰੇ ਦਿਨ ਜਿੱਦਾਂ ਹੀ ਉਹ ਖੇਡਣ ਗਏ ਮੈਦਾਨ ਵਿੱਚ ਆਪਣੇ ਦੋਸਤਾਂ ਕੋਲ, ਬਟ ਉੱਥੇ ਮੋਹਨ ਸਿੰਘ ਜੀ ਉਹਨਾਂ ਦੇ ਦੋਸਤ ਨਹੀਂ ਆਏ। ਉਹ ਆਪਣੇ ਦੋਸਤਾਂ ਨਾਲ ਮੋਹਨ ਸਿੰਘ ਜੀ ਦੇ ਘਰ ਗਏ ਅਤੇ ਜਾ ਕੇ ਉਹਨਾਂ ਨੇ ਦੇਖਿਆ ਕਿ ਮੋਹਨ ਸਿੰਘ ਜੀ ਦੀ ਰਾਤ ਨੂੰ ਸੱਪ ਲੜਨ ਕਰਕੇ ਡੈਥ ਹੋ ਚੁੱਕੀ ਹੈ। ਤਾਂ ਬਾਬਾ ਜੀ ਉਸ ਕੋਲ ਗਏ, ਚਿੱਟੀ ਚਾਦਰ ਪਈ ਹੋਈ ਸੀ ਉਹਨਾਂ 'ਤੇ, ਅਤੇ ਉਹਨਾਂ ਨੇ ਚਿੱਟੀ ਚਾਦਰ ਉਸੇ ਕੁੰਡੀ ਨਾਲ ਹਟਾਈ ਅਤੇ ਕਿਹਾ, ਮੋਹਨ ਸਿੰਘ ਜੀ ਮੇਰੀ ਬੇਟੀ ਦਿਓ ਕਿ ਆਓ ਖੇਡੀਏ। ਅਤੇ ਇਸੇ ਤਰ੍ਹਾਂ ਹੀ ਸੁਣ ਕੇ ਉਹਨਾਂ ਦੇ ਦੋਸਤ ਮੋਹਨ ਸਿੰਘ ਜੀ ਖੜ੍ਹੇ ਹੋਏ ਅਤੇ ਆ ਗਏ, ਖੇਡਣ ਚਲੇ ਗਏ। ਇਸ ਪ੍ਰਤਾਪ ਪੂਰੇ ਅੰਮ੍ਰਿਤਸਰ ਵਿੱਚ ਫੈਲ ਗਿਆ ਅਤੇ ਜਿਸ ਟਾਈਮ ਉਹ ਗੁਰੂ ਜੀ ਘਰ ਗਏ ਬਾਬਾ ਜੀ, ਤਾਂ ਬਾਬਾ ਹਰਗੋਬਿੰਦ ਸਾਹਿਬ ਬਾਬਾ ਅਟਲ ਸਾਹਿਬ ਜੀ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕੀਤਾ, ਇਹ ਕੁਦਰਤ ਦੇ ਨਿਯਮਾਂ ਦੇ ਉਲਟ ਹੈ, ਤੁਸੀਂ ਉਹ ਇਹ ਨਹੀਂ ਕਰ ਸਕਦੇ, ਇਹ ਨਹੀਂ ਕਰਨਾ ਚਾਹੀਦਾ ਸੀ। ਇਹ ਗੱਲ ਸੁਣ ਕੇ ਬਾਬਾ ਜੀ ਇਹ ਜੀ ਨੇ ਆਪ ਚਿੱਟੀ ਚਾਦਰ ਲਈ ਅਤੇ ਜਾ ਕੇ ਸੋ ਗਏ। ਅਤੇ ਉਸ ਤੋਂ ਬਾਅਦ ਉਹ ਬਾਬਾ ਜੀ ਅਕਾਲ ਚਲਾਣਾ ਕਰ ਗਏ। ਉਸ ਟਾਈਮ ਉਹਨਾਂ ਦੀ ਉਮਰ 9 ਸਾਲ ਦੀ ਸੀ। 1628 ਈਸਵੀ ਵਿੱਚ ਬਾਬਾ ਜੀ ਪੂਰੇ ਹੋ ਗਏ। ਅਤੇ ਇਸ ਗੁਰਦੁਆਰਾ ਸਾਹਿਬ ਨਹਿਰ ਨਾਲੋਂ ਉੱਚਾ ਤੇਰਾ ਦਰ ਹੋਵੇਗਾ। ਦੂਸਰਾ, ਅੰਮ੍ਰਿਤਸਰ ਆਏ ਯਾਤਰੂ ਦੀ ਯਾਤਰਾ ਤੇਰੇ ਦਰ 'ਤੇ ਮੱਥਾ ਟੇਕਣ 'ਤੇ ਹੀ ਸਫਲ ਹੋਵੇਗੀ। 3, ਤੇਰੇ ਦਰ ਤੋਂ ਸੰਗਤਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਪਾਉਣਗੀਆਂ। 4, ਤੇਰੇ ਦਰ ਤੋਂ ਲੋੜਵੰਦ ਪ੍ਰਸਾਦਾ ਛਕਣਗੇ। 5, ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਿਆ ਹੈ ਜੋ ਅੰਤਮ ਸਮੇਂ ਤੇਰੇ ਧਿਆਨ ਧਰੇਗਾ, ਤੇਰੇ ਚਰਨਾਂ ਵਿੱਚ ਆਵੇਗਾ। ਸੋ ਇਹ ਹੈ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ। ਸੰਗਤੋ, ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ, ਅਤੇ ਜ਼ਰੂਰ ਜਦੋਂ ਵੀ ਹਰਿਮੰਦਰ ਸਾਹਿਬ ਆਓ ਤਾਂ ਇਸ ਗੁਰਦੁਆਰੇ 'ਤੇ ਆਓ ਅਤੇ ਦਰਸ਼ਨ ਕਰੋ। ਬਹੁਤ ਸੋਹਣਾ ਗੁਰਦੁਆਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।